ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ ਅੱਜ ਦਾਸ ਸੰਤ ਮਹਾਂਪੁਰਖ ਬਾਬਾ ਅਤਰ ਸਿੰਘ ਜੀ ਮਸਤੂਨ ਵਾਲੇ ਆੜੇ ਨੇ ਕਿਵੇਂ ਮਹਾਰਾਜਾ ਭពਿੰਦਰ ਸਿੰਘ ਦਾ ਅੰਤ ਸਮਾ ਸੰਭਾਲਿਆ ਸੀ ਇਸ ਘਟਨ ਦਾ ਦੀ ਜੋ ਵਿਚਾਰ ਆ ਦਾਸ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ ਦੇਖੋ ਜਦੋਂ ਹਨਾ ਸੰਤ ਮਹਾਂਪੁਰਖ ਬਾਬਾ ਅਤਰ ਸਿੰਘ ਜੀ ਆਪਣੇ ਪ੍ਰਚਾਰਕ ਸਮੇਂ ਦੇ ਨਾਲ ਜਦ ਅੰਮ੍ਰਿਤ ਅਬਲਾਸ਼ਾ ਨੂੰ ਅੰਮ੍ਰਿਤ ਛਕਾਉਂਦੇ ਹੁੰਦੇ ਸੀ ਤਾਂ ਉਸ ਟਾਈਮ ਅੰਮ੍ਰਿਤ ਛਕਾਉਂਦੇ ਆ ਛਕਾਉਂਦੇ ਆ ਤੇ ਅੰਮ੍ਰਿਤ ਛਕਣ ਵਾਲਿਆਂ ਦੀ ਗਿਣਤੀ ਜਿਹੜੀ ਸੀ 14 ਲੱਖ ਤੋਂ ਜ਼ਿਆਦਾ ਹੋ ਗਈ ਸੀ ਜਦ ਅੰਮ੍ਰਿਤ ਛਕਣ ਵਾਲੇ 14 ਲੱਖ ਤੋਂ ਜ਼ਿਆਦਾ ਵੱਧ ਗਏ ਤੇ ਜਿਹੜੀ ਬ੍ਰਿਟਿਸ਼ ਹਕੂਮਤ ਸੀ ਇਹਦੇ ਅੰਦਰ ਤੌਖਲਾ ਪੈਦਾ ਹੋ ਗਿਆ ਸੀ ਡਰ ਪੈਦਾ ਹੋ ਗਿਆ ਸੀ ਤੇ ਜਿਹੜੇ ਖੁਫੀਆ ਵਿਭਾਗ ਦੇ ਬੰਦੇ ਸੀ ਉਹਨਾਂ ਨੇ ਇਸ ਬ੍ਰਿਟਿਸ਼ ਗਵਰਨਮੈਂਟ ਨੂੰ ਕਹਿ ਤਾ ਸਕਾ ਕਿ ਸੰਤ ਅਤਰ ਸਿੰਘ ਉਹ ਜਿੰਨੇ ਵੀ ਪੰਡਾ ਦੇ ਲੋਕੀ ਆ ਉਹਨਾਂ ਅਮਰ ਸ਼ਕਾ ਸ਼ਕਾ ਕੇ ਗੁਰੂ ਦੇ ਨਾਲ ਜੁੜੀ ਜਾਂਦਾ ਹੈਗਾ ਤੇ ਲੱਗਦਾ ਹੈਗਾ ਕਿ ਇੱਕ ਬਹੁਤ ਵੱਡੀ ਫੌਜ ਜਿਹੜੀ ਉਹ ਸਿੱਖਾਂ ਦੀ ਤਿਆਰ ਕਰ ਰਿਹਾ ਹੈਗਾ ਤੇ ਜਿਸ ਕਰਕੇ ਇਹ ਜਿਹੜੀ ਬ੍ਰਿਟਿਸ਼ ਗਵਰਨਮੈਂਟ ਵਾ ਇਹਦੇ ਅੰਦਰ ਅੰਦਰੂਨੀ ਬਗਾਵਤ ਹੋਣ ਦਾ ਖਤਰਾ ਹੈਗਾ ਇਸ ਕਰਕੇ ਜ਼ਰੂਰੀ ਆ ਕਿ ਸੰਤਮਾਪੁਰਖ ਬਾਬਾ ਅਤਰ ਸਿੰਘ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਜਦ ਖੁਫੀਆ ਵਿਭਾਗ ਨੇ ਇਹ ਜਿਹੜੀ ਸਾਰੀ ਖਬਰ ਸੀ ਹੈ ਨਾ ਬ੍ਰਿਟਿਸ਼ ਗਵਰਨਮੈਂਟ ਨੇ ਦਿੱਤੀ ਫੇਰ ਉਸ ਟਾਈਮ 'ਤੇ ਬ੍ਰਿਟਿਸ਼ ਗਵਰਨਮੈਂਟ ਨੇ ਸੰਤਾਂ ਨੂੰ ਕੈਦ ਕਰਨ ਦਾ ਜਿਹੜੀ ਸਲਾਹ ਸੀ ਅੰਦਰ ਕਰ ਲਈ ਕਿ ਬਾਬਾ ਅਤਰਸੂਨਾਂ ਦੇ ਖਿਲਾਫ ਅਸੀਂ ਬਰੰਟ ਜਾਰੀ ਕਰੀਏ ਤੇ ਉਹਨਾਂ ਨੂੰ ਆਪਣੇ ਜੇਲ੍ਹ ਦੇ ਅੰਦਰ ਕੈਦ ਕਰ ਲਈਏ ਜਦ ਇਸ ਤਰ੍ਹਾਂ ਦੀ ਖੁਫੀਆ ਮੀਟਿੰਗ ਹੋਈ ਸੀ ਫੇਰ ਉਸ ਟਾਈਮ ਉਹਨਾਂ ਨੇ ਉਸ ਸਮੇਂ ਦੇ ਜਿਹੜਾ ਹਾਕਮ ਪਟਿਆਲੀਆਂ ਰਾਜੇ ਮਹਾਰਾਜਾ ਭពਿੰਦਰ ਸਿੰਘ ਸੀ ਉਹਨੂੰ ਆਪਣੇ ਪਾਸ ਬੁਲਾਇਆ ਜਦ ਗੋਰਿਆਂ ਨੇ ਆਪਣੇ ਪਾਸ ਬੁਲਾਇਆ ਤੇ ਉਹਨੂੰ ਸਾਰਾ ਦੱਸਿਆ ਕਿ ਸੰਤ ਅਤਰਸੂ ਹੁਣੀ ਇਹ ਪਿੰਡਾਂ ਦੇ ਵਿੱਚ ਜਾ ਜਾ ਕੇ ਅਮਰ ਸ਼ਕਾਸ਼ ਕਾ ਕੇ ਇੱਕ ਖਾਸਾ ਫੌਜ ਤਿਆਰ ਕਰ ਰਾਇਆ ਤੇ ਖਾਸਾ ਦਾ 7 ਸਬਾ ਲੱਖ ਕੱਲਾ ਨਹੀਂ ਮਾਣ ਤੇ ਇੰਨੇ ਅਮਰ ਸ਼ਕਾਸ਼ ਕਾ ਕੇ 14 ਲੱਖ ਤੋਂ ਵੱਧ ਬੰਦੇ ਜਿਹੜੇ ਆ ਉਹ ਤਿਆਰ ਕਰ ਲਿਆ ਤੇ ਸਾਨੂੰ ਲੱਗਦਾ ਕਿ ਅੰਦਰਖਾਤੇ ਇੱਕ ਵੱਡੀ ਖਾਸ ਸਿੱਖਾਂ ਦੀ ਫੌਜ ਤਿਆਰ ਹੋ ਰਹੀ ਆ ਤੇ ਅਗਰ ਇਸੇ ਢੰਗ ਦੇ ਨਾਲ ਇਹ ਫੌਜ ਵੱਧਦੀ ਰਹੇ ਤਾਂ ਸਾਨੂੰ ਲੱਗਦਾ ਹੈਗਾ ਕਿਸਮਾ ਆਇਤੇ ਬਗਾਵਤ ਹੋ ਸਕਦੀ ਸਾਡੇ ਖਿਲਾਫ ਇਹ ਫੌਜ ਜਿਹੜੀ ਤਿਆਰ-ਵਰ ਤਿਆਰ ਹੋ ਕੇ ਸਾਡੇ ਨਾਲ ਯੰਗ ਛੇੜ ਸਕਦੀ ਆ ਜਦ ਇੰਨੀ ਗੱਲ ਹੋਈ ਸੀ ਤਾਂ ਫੇਰ ਮਹਾਰਾਜਾ ਭਪਿੰਦਰ ਸਿੰਘ ਨੇ ਗੋਰਿਆਂ ਦੀ ਮੀਟਿੰਗ ਦੇ ਵਿੱਚ ਇਹ ਗੱਲ ਆਖੀ ਸੀ ਕਿ ਦੇਖੋ ਤੁਸੀਂ ਜੋ ਮਰਜ਼ੀ ਕਹੀ ਜੋ ਤੁਹਾਡੇ ਕੂਫੀਆ ਵਿਭਾਗ ਦੇ ਜੋ ਮਰਜ਼ੀ ਤੁਹਾਨੂੰ ਰਿਪੋਰਟਾਂ ਪੇਸ਼ ਕਰਨ ਪਰ ਮੇਰਾ ਜੋ ਯਕੀਨ ਹੈ ਮੇਰਾ ਜੋ ਕਹਿਣਾ ਇਹ ਹੈਗਾ ਕਿ ਸੰਤ ਮਹਾਂਪੁਰਖ ਬਾਬਾ ਤਰਸ ਸਿੰਘ ਜੀ ਮਸਤੂਆਣੇ ਵਾਲੇ ਜਿਹੜੇ ਆ ਇਸ ਤਰ੍ਹਾਂ ਦੀ ਕੋਈ ਗੱਲਬਾਤ ਦਾ ਜਿਹੜਾ ਜੋ ਜ਼ਿਕਰ ਹੈ ਉਹ ਅੰਦਰ ਨਹੀਂ ਰੱਖਦੇ ਹੈ ਨਾ ਉਹਨਾਂ ਦੀ ਇਸ ਤਰ੍ਹਾਂ ਦੀ ਕੋਈ ਮਨਸ਼ਾ ਹੈਗੀ ਆ ਉਹ ਤਾਂ ਕੇਵਲ ਤਾਂ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਨਾਲ ਇਸ ਤਰ੍ਹਾਂ ਅਮਰ ਸ਼ਕਾਸ਼ਕਾ ਕੇ ਸਿੱਖਾਂ ਨੂੰ ਬਾਣੀ ਨਾਲ ਜੋੜਦੇ ਆ ਤੇ ਉਹਨਾਂ ਤੋਂ ਨਾਮ ਭਜਨ ਸਿਮਰਨ कराके ਉਹਨਾਂ ਦਾ ਲੋਕ ਤੇ ਪਰਲੋਕ ਸਹਿਣਾ ਕਰਦੇ ਆ ਇਸ ਤਰ੍ਹਾਂ ਦੀ ਰਾਜ ਸੀ ਜੋ ਕਿ ਰਿਆ ਤੁਸੀਂ ਕਹਿੰਦੇ ਆ ਇਹ ਸੰਤ ਬਾਪੁਰਖ ਬੁਰਖ ਬਾਬਾ ਅਤਰ ਸੋਹਣ ਦੇ ਮਨ ਦੇ ਵਿੱਚ ਭੋਰਾ ਵੀ ਨਹੀਂ ਆ ਜਸ ਇਸ ਤਰ੍ਹਾਂ ਦੀਆਂ ਦਲੀਲਾਂ ਦੇ ਕੇ ਮਹਾਰਾਜ ਆਪ ਭਪਿੰਦਰ ਸਿੰਘ ਨੇ ਗੋਰੀ ਸਰਕਾਰ ਦੇ ਜਿਹੜੇ ਅਫਸਰ ਸੀ ਉਹਨਾਂ ਨੂੰ ਸਮਝਾਇਆ ਤਫੇਰ ਉਹਨਾਂ ਨੇ ਆਖਿਆ ਵੀ ਚਲ ਠੀਕ ਆ ਅਗਰ ਤੂੰ ਕਹਿੰਦਾ ਹੈਗਾ ਕਿ ਸੰਤ ਅਤਰਸੂਣੀ ਇਸ ਤਰ੍ਹਾਂ ਨਹੀਂ ਕਰ ਸਕਦੇ ਤਾਂ ਅਸੀਂ ਤੇਰੇ ਤੇ ਭਰੋਸਾ ਕਰ ਲੈਨੇ ਆ ਪਰ ਹਾਂ ਇੱਕ ਗੱਲ ਯਾਦ ਰੱਖੀ ਅਗਰ ਅਤਰ ਸਿੰਘ ਤੇ ਉਸ ਦੇ ਨਾਲ ਦੇ ਸੰਗਾ ਨੇ ਗੋਰਿਆਂ ਖਿਲਾਫ ਅਗਰ ਇਸ ਤਰ੍ਹਾਂ ਦੀ ਕੋਈ ਵੀ ਕਾਰਵਾਈ ਅੰਦਰੋਂ ਕੀਤੀ ਜਾਂ ਬਗਾਵਤ ਕੀਤੀ ਤਾਂ ਫੇਰ ਗੋਰੇ ਨੇ ਕਹਿਤਾ ਸੀ ਭਪਿੰਦਰ ਸਿੰਘ ਤੂੰ ਇਹਦਾ ਜ਼ਿੰਮੇਵਾਰ ਹੋਊਗਾ ਬਾਕੀ ਤੂੰ ਰਾਜਾ ਹੈਗਾ ਅਗਰ ਇਸ ਤਰ੍ਹਾਂ ਦੀ ਕਾਰਵਾਈ ਹੋ ਗਈ ਤਾਂ ਫੇਰ ਤੇਰਾ ਰਾਜ ਨੂੰ ਵੀ ਖਤਰਾ ਹੋ ਸਕਦਾ ਹੈਗਾ ਜਦ ਇਹ ਗੱਲ ਜਿਹੜੀ ਸੀ ਗੋਰਿਆਂ ਨੇ ਮਹਾਰਾਜਾ ਭੁਪਿੰਦਰ ਸਿੰਘ ਖਣੋਂ ਨੂੰ ਕਹੀ ਸੀ ਤੇ ਭੁਪਿੰਦਰ ਸਿੰਘ ਕਹਿਣ ਲੱਗੇ ਕਿ ਠੀਕ ਆ ਮੈਨੂੰ ਸੰਤ ਮਹਾਂਪੁਰਖ ਬਾਬਾ ਤਰਸ ਸਿੰਘ ਨੇ ਤੇ ਪੂਰਾ ਭਰੋਸਾ ਹੈਗਾ ਤੇ ਉਹ ਪੂਰੇ ਸ਼ਾਂਤੀ ਦੇ ਪੁੰਜ ਹੈਗੇ ਆ ਉਹਨਾਂ ਦੇ ਅੰਦਰ ਇਸ ਤਰ੍ਹਾਂ ਦੀ ਕੋਈ ਰਾਜਸੀ ਖੇਡ ਦਾ ਕੋਈ ਭਾਵ ਨਹੀਂ ਹੈਗਾ ਜਦ ਇਸ ਤਰ੍ਹਾਂ ਦੀ ਗੱਲਬਾਤ ਹੋਈ ਸੀ ਤਾਂ ਫੇਰ ਜਿਹੜੀ ਸਰਕਾਰ ਸੀ ਉਹਨਾਂ ਨੇ ਸੰਤ ਬਾਬਾ ਤਰਸ ਸਿੰਘ ਨੂੰ ਗ੍ਰਿਫਤਾਰ ਕਰਨ ਦੀ ਜਿਹੜੀ ਬਰਾਂਟ ਅੰਦਰੋਂ ਖਾਤੇ ਤਿਆਰ ਕੀਤੀ ਸੀ ਨਾ ਵਾਪਸ ਲੈ ਲਏ ਸੀ ਪਰ ਇਸ ਦੀ ਭਣਕ ਜਦੋਂ ਸਿੱਖਾਂ ਨੂੰ ਪਈ ਸੀ ਤਾਂ ਇਹਨਾਂ ਨੇ ਜਾ ਕੇ ਨਬਾਬ ਅਤਰ ਸਿੰਘ ਉਹਨਾਂ ਨੂੰ ਦੱਸਿਆ ਸੀਗਾ ਕਿ ਕਿਵੇਂ ਗੋਰੇ ਸਰਕਾਰ ਨੇ ਆਪ ਦੇ ਖਿਲਾਫ ਅੰਦਰਖਾਤੇ ਗ੍ਰਿਫਤਾਰੀ ਦੀ ਬਰੰਟ ਜਾਰੀ ਕਰਨ ਦਾ ਫੈਸਲਾ ਲਿਆ ਸੀ ਪਰ ਮਹਾਰਾਜਾ ਭពਿੰਦਰ ਸਿੰਘ ਦੇ ਗਏ ਤੇ ਉਹਨਾਂ ਨੇ ਇਹ ਬਰੰਟ ਜਿਹੜੇ ਵਾਪਸ ਲੈ ਲਿਆ ਜਦ ਇੰਨੀ ਗੱਲ ਹੋਈ ਸੀ ਤਾਂ ਫਿਰ ਬਾਬਾ ਅਤਰ ਸਿੰਘ ਨੇ ਆ ਕੇ ਆ ਸੀ ਕਹਿਣ ਲੱਗੇ ਕਿ ਅਗਰ ਭពਿੰਦਰ ਸਿੰਘ ਨੇ ਸਾਡੇ ਪ੍ਰਤੀ ਬ੍ਰਿਟਿਸ਼ ਸਰਕਾਰ ਗੋਰਿਆਂ ਨੂੰ ਜਾਮਣੀ ਭਰੀ ਆ ਤੇ ਭਾਈ ਉਹ ਵੀ ਸਮਾਂ ਆਊਗਾ ਜਦੋਂ ਅਸੀਂ ਮਹਾਰਾਜਾ ਭਪਿੰਦਰ ਸਿੰਘ ਜਿਹੜੀ ਜਾਮਣੀ ਆ ਉਹ ਦਰਗਾਹ ਦੇ ਵਿੱਚ ਦਮਾਂਗੇ ਤੇ ਇਹਨੂੰ ਆਪਣੇ ਧਾਮ ਲੈ ਜਾਵਾਂਗੇ ਇਹ ਜਿਹੜੀ ਗੱਲ ਸੀ ਬੱਬਾ ਅਤਰ ਸਿੰਘ ਹੁਣਾ ਨੇ ਸਾਰੀ ਸੰਗਤ 'ਚ ਕਹੀ ਸੀ ਉਸ ਤੋਂ ਬਾਅਦ ਦੇਖੋ ਉਹ ਵੀ ਸਮਾਂ ਆ ਗਿਆ ਕਿ ਜਦੋਂ ਮਹਾਰਾਜਾ ਭਪਿੰਦਰ ਸਿੰਘ ਜਿਹੜੇ ਸੀਗੇ ਇਹ ਬਿਮਾਰ ਰਹਿਣ ਲੱਗ ਪਏ ਤੇ ਜਵਾਨੀ ਢਲ ਗਈ ਤੇ ਬੜਪਨ ਦਾ ਜਿਹੜਾ ਸਮਾਂ ਸੀ ਇਹਨਾਂ ਦੇ ਸਰੀਰ 'ਤੇ ਹੋਣਾ ਸ਼ੁਰੂ ਹੋ ਗਿਆ ਜਦ ਜਰਾ ਰੋਗ ਆਇਆ ਹਨਾ ਤਾਂ ਹੌਲੀ-ਹੌਲੀ ਨਜ਼ਰ ਘਟਣ ਲੱਗੀ ਕੰਨਾਂ ਤੋਂ ਵੀ ਉੱਚਾ ਸੁਣਨਾ ਸ਼ੁਰੂ ਹੋ ਗਿਆ ਪਰ ਆਪਣੀ 68-68 ਜੀਵਨ ਦੀ ਤਿਆਰ ਰੱਖਣ ਵਾਸਤੇ ਮਹਾਰਾਜ ਭਪਿੰਦਰ ਸਿੰਘ ਜੜਾ ਸਗਾ ਉਹ ਇਸ ਤਰ੍ਹਾਂ ਜਿਹੜੇ ਐਲ ਮੈਨੋਲ ਦੇ ਹੁੰਦੇ ਸੀ ਰੋਜ਼ ਉਹਨਾਂ ਨੂੰ ਮਿਲਦਾ ਰਹਿੰਦਾ ਸੀ ਤੇ ਸਲਾਹਾਂ ਕਰਦਾ ਰਹਿੰਦਾ ਸੀ ਤੇ ਪਰ ਇਸ ਤਰ੍ਹਾਂ ਦਾ ਜਿਹੜਾ ਬੁਢਾਪਾ ਜਰਾ ਉਸ ਨੂੰ ਕਿਵੇਂ ਟਕਿਆ ਜਾ ਸਕਦਾ ਕਿਵੇਂ ਲਗਾਇਆ ਜਾ ਸਕਦਾ ਹੈਗਾ ਪਰ ਇੱਕ ਦਿਨ ਜਿਹੜਾ ਬੁਢਾਪਾ ਸਗਾ ਪੂਰਾ ਜਦ ਰੂਪ ਧਾਰ ਕੇ ਆ ਗਿਆ ਤੇ ਫਿਰ ਮਹਾਰਾਜ ਭਪਿੰਦਰ ਸਿੰਘ ਨੂੰ ਉਹਨਾਂ ਨੂੰ ਪਤਾ ਲੱਗ ਗਿਆ ਕਿ ਮੇਰਾ ਹੁਣ ਆਖਰੀ ਸਮਾ ਆ ਗਿਆ ਸੋ ਅਖਰੀ ਸਮਾ ਜਾਣ ਕੇ ਇਹਨੇ ਆਪਣੇ ਜਿਹੜੇ ਅਹਿਲ ਕਰ ਸੀ ਸਲਾਹਕਰ ਸਾਰੇ ਇਕੱਠੇ ਕੀਤੇ ਤੇ ਉਹਨਾਂ ਨੂੰ ਆਖਿਆ ਭਾਈ ਮੈਨੂੰ ਲੱਗਦਾ ਕਿ ਮੇਰਾ ਅੰਤ ਸਮਾ ਨੇੜੇ ਆ ਰਿਹਾ ਇਸ ਕਰਕੇ ਮੈਂ ਤੁਹਾਨੂੰ ਆਖਦਾ ਕਿ ਤੁਸੀਂ ਇਸ ਤਰ੍ਹਾਂ ਕਰੋ ਤੁਸੀਂ ਜਾ ਕੇ ਨਾਨਕ ਸਾਰੇ ਚਲੇ ਜਾਓ ਬਾਬਾ ਨਾਨਕ ਸਹੁਣਾਂ ਦੇ ਚਰਨਾਂ 'ਚ ਬੇਨਤੀ ਕਰੋ ਕਿ ਉਹ ਮੈਨੂੰ ਇਸ ਸਮੇਂ ਜ਼ਰੂਰ ਦਰਸ਼ਨ ਦੇ ਜਦ ਇੰਨੀ ਗੱਲ ਹੋਈ ਸੀ ਫਿਰ ਅਹਿਲ ਕਰ ਜਿਹੜੇ ਸੀਗੇ ਉਸੇ ਟਾਈਮ ਨਾਨਕ ਸਾਹਿਬ ਕੋਲੇ ਰਹੀ ਗਏ ਸੀ ਜਦ ਗਏ ਸੀ ਤੇ ਬਬਨ ਨੰਸ ਹੁਣੇ ਜਿਹੜੇ ਸੀ ਉਸ ਟਾਈਮ ਟਹਿਲ ਰਹੇ ਸੀ ਇਹਨਾਂ ਨੇ ਜਾ ਕੇ ਮਹਾਂਪੁਰਖ ਨੂੰ ਮੱਥਾ ਟੇਕਿਆ ਤਾਂ ਮਹਾਰਾਜਾ ਭពਿੰਦਰ ਸਿੰਘ ਜਿਹੜਾ ਆਦੇਸ਼ ਸਿਗਾ ਬਬਨ ਨੰਸ ਹੁਣਾਂ ਨੂੰ ਸੁਣਾਤਾ ਕਿ ਮਹਾਰਾਜਾ ਭពਿੰਦਰ ਸਿੰਘ ਹੁਣਾਂ ਨੇ ਆਪ ਉਹਨੂੰ ਯਾਦ ਕੀਤਾ ਹੈਗਾ ਤੋ ਕਹਿੰਦੇ ਆ ਕਿ ਤੁਸੀਂ ਜਾ ਕੇ ਉਹਨਾਂ ਨੂੰ ਜ਼ਰੂਰ ਦਰਸ਼ਨ ਦਿਓ ਜਿਵੇਂ ਕਿਵੇਂ ਵੀ ਹੋਵੇ ਤੁਸੀਂ ਸਾਡੇ ਪਾਸ ਜ਼ਰੂਰ ਪਹੁੰਚੋ ਜਦ ਇੰਨੀ ਗੱਲ ਹੋਈ ਸੀ ਤਾਂ ਫਿਰ ਬਬਨ ਨੰਸ ਹੁਣਾਂ ਨੇ ਆਖਿਆ ਸੀ ਉਹ ਕਹਿਣ ਲੱਗੇ ਦੇਖੋ ਉਹ ਰਾਜਾ ਹੈਗਾ ਅਸੀਂ ਤਾਂ ਇੱਕ ਸਧਾਰਨ ਪ੍ਰਾਣੀ ਹੈਗੇ ਸਾਡਾ ਰਾਜ ਨਾਲ ਕੀ ਮਿਲ ਹੈਗਾ ਜਦ ਇੰਨੀ ਗੱਲ ਹੋਈ ਤਾਂ ਫਿਰ ਉਹ ਐਲਕਰ ਬਾਬਾ ਜੀ ਨੂੰ ਕਹਿਣ ਲੱਗੇ ਕਿ ਹਾਂਜੀ ਭពਿੰਦਰ ਸਿੰਘ ਰਾਜੇ ਦਾ ਜੂ ਜ਼ਰੂਰ ਆ ਪਰ ਆਪ ਦੇ ਦਾਸ ਵੀ ਆ ਆਪ ਦੇ ਨਾਲ ਤਾਂ ਆਪਦੀ ਸਿੱਖੀ ਦੇ ਨਾਲ ਇਹ ਸਾਰਾ ਖਾਨਦਨ ਬਹੁਤ ਪ੍ਰੇਮ ਪਿਆਰ ਕਰਦਾ ਹੈਗਾ ਸੋ ਉਹਨਾਂ ਨੇ ਬੜੀ ਅਧੀਨਗੀ ਦੇ ਨਾਲ ਬੇਨਤੀ ਕੀਤੀ ਕਿ ਤੁਸੀਂ ਸਾਨੂੰ ਜਰੂਰ ਦਰਸ਼ਨ ਦਿਓ ਇਹ ਦਿੰਨੇ ਗੱਲ ਉਹ ਹਿੱਤੇ ਬਾਬਾ ਜੀ ਕਹਿਣ ਲੱਗੇ ਦੇਖੋ ਅਗਰ ਉਹਨੇ ਸਾਨੂੰ ਮਰਨਾ ਸੀ ਤਾਂ ਤੁਸੀਂ ਜੋ ਪਹੁੰਚੋ ਆਪ ਵੀ ਆ ਸਕਦਾ ਸੀਗਾ ਜਦ ਇੰਨੀ ਗੱਲ ਹੋਈ ਤੇ ਐਲ ਕਰ ਕਹਿਣ ਲੱਗੇ ਜੀ ਉਹਨਾਂ ਦਾ ਚਾਹੁੰਦੇ ਸੀਗੇ ਪਰ ਅਸੀਂ ਉਹਨਾਂ ਨੂੰ ਰੋਕ ਦਿੱਤਾ ਅਸੀਂ ਕਿਹਾ ਕਿ ਜਦੋਂ ਕਿਸੇ ਵੱਡੇ ਮਹਾਂਪੁਰਖ ਦੇ ਦਰਸ਼ਨ ਕਰੀਦੇ ਤੇ ਫਿਰ ਰਾਜੇ ਬਣ ਕੇ ਨਹੀਂ ਜਾਣਾ ਅਗਰ ਤੁਸੀਂ ਗੱਡੀਆਂ ਦੇ ਵਿੱਚ ਬਾਬਾ ਨਾਨਕ ਸੋਹਣਾ ਦੇ ਪਾਸ ਜਾਓਗੇ ਤੇ ਫਿਰ ਬਾਈ ਤੁਹਾਡੇ ਨਾਲ ਨੌਕਰ ਚੱਕ ਰੈਲ ਕਰ ਤੇ ਤੁਹਾਡੇ ਫਿਰ ਹੋਰ ਬੋਡੀਗਾਰਡ ਵਗੈਰਾ ਸਾਰੇ ਹੋਣਗੇ ਇਸ ਤਰ੍ਹਾਂ ਦਾ ਜਿਹੜਾ ਅਡੰਬਰ ਬਣਾ ਕੇ ਜਾਣਾ ਹੈ ਮਹਾਂਪੁਰਖਾਂ ਨੂੰ ਸ਼ੋਭਾ ਨਹੀਂ ਦਿੰਦਾ ਇਸ ਕਰਕੇ ਉਹਨਾਂ ਨੇ ਵਾਰ-ਵਾਰ ਬੇਨਤੀ ਕੀਤੀ ਆ ਕਿ ਮੈਂ ਚੱਲ ਫਿਰ ਨਹੀਂ ਸਕਦਾ ਹੈਗਾ ਮੇਰੀ ਹਾਲਤ ਬੜੀ ਖਰਾਬ ਆ ਤੁਸੀਂ ਜ਼ਰੂਰ ਮੈਨੂੰ ਦਰਸ਼ਨ ਦਿਓ ਅਗਰ ਤੁਸੀਂ ਮੈਨੂੰ ਦਰਸ਼ਨ ਨਹੀਂ ਦਿਉਂਗੇ ਤਾਂ ਤਦ ਤੱਕ ਮੇਰੀ ਜਾਨ ਕੜੀਕੀ ਚ ਫਸੀ ਰਹਿਣੀ ਆ ਤੇ ਮੈਂ ਅੰਤ ਸੁਆਸ ਤੱਕ ਆਪ ਜੀ ਦੇ ਦਰਸ਼ਨ ਦੀ ਤਾਂਗ ਮੇਰੇ ਅੰਦਰ ਬਣੀ ਰਹੂਗੀ। ਜਦ ਇਹ ਗੱਲ ਹੋਈ ਸੀ ਫਿਰ ਬਾਬਰ ਨਸੋ ਹੁਣੀ ਜਿਹੜੇ ਸੀ ਉਹ ਚੁੱਪ ਕਰ ਗਏ ਤੇ ਫਿਰ ਚੁੱਪ ਕਰਕੇ ਕਹਿਣ ਲੱਗੇ ਠੀਕ ਆ ਅਗਰ ਰਾਜੇ ਦੇ ਮਨ ਦੀ ਇਹੀ ਮਨਸ਼ਾ ਹੈਗੀ ਆ ਤਾਂ ਅਸੀਂ ਜ਼ਰੂਰ ਪਟਿਆਲੇ ਜਾਵਾਂਗੇ ਤੇ ਮਹਾਰਾਜ ਭਪਿੰਦਰ ਸਿੰਘ ਹੁਣਾਂ ਦੇ ਨਾਲ ਗੱਲਬਾਤ ਕਰਾਂਗੇ। ਉਸ ਤੋਂ ਬਾਅਦ ਸੋਮਾ ਵਿਚਾਰ ਕੇ ਨਾ ਬਬਰਨ ਸਿੰਘ ਜੀ ਇਹ ਫਿਰ ਟਾਂਗੇ ਉੱਤੇ ਸਵਾਰ ਹੋ ਕੇ ਕੁਝ ਦੋ ਚਾਰ ਪ੍ਰੇਮੀ ਲੈ ਕੇ ਫਿਰ ਪਟਿਆਲੇ ਪਹੁੰਚੇ ਸੀ ਜਦ ਪਟਿਆਲੇ ਪਹੁੰਚੇ ਸੀਗੇ ਤੇ ਇਹਨਾਂ ਨੇ ਮਹਾਰਾਜਾ ਭਵਿੰਦਰ ਸਿੰਘ ਦੇ ਮਹਿਲ ਦੇ ਵਿੱਚ ਜਾਣ ਦੀ بجائے ਇੱਕ ਸਥਾਨ ਚੋਣ ਲਿਆ ਜਿਸ ਜਗ੍ਹਾ ਤੇ ਇਹਨਾਂ ਨੇ ਰੁਕ ਕੇ ਬਬਰਨ ਸਿੰਘ ਉਹਨਾਂ ਨੇ ਉੱਥੇ ਆਪਣਾ ਜਿਹੜਾ ਆਸਣ ਸ਼ਿਕਾਇਦ ਰੱਖਦੇ ਥੱਲੇ ਲਾ ਲਿਆ ਤੇ ਨਾਲ ਦੇ ਜਿਹੜੇ ਹੋਰ ਸੰਗਤਾਂ ਸੀ ਜਿਨ੍ਹਾਂ ਨੇ ਬਾਬਾ ਨਾਨਕ ਨੂੰ ਸੁਣਨ ਦੇਖਿਆ ਸਾਰੇ ਦਰਸ਼ਨ ਕਰਨ ਆ ਗਏ ਤੇ ਫਿਰ ਐਲਕਰਾਂ ਨੂੰ ਪਤਾ ਲੱਗਿਆ ਕਿ ਬਾਬਾ ਨਾਨਕ ਸੁਣੀ ਆਏ ਆ ਜਦ ਇੰਨੀ ਗੱਲ ਹੋਈ ਤਾਂ ਫਿਰ ਐਲਕਰਾਂ ਨੇ ਜਾ ਕੇ ਮਹਾਰਾਜ ਭੁਪਿੰਦਰ ਸਿੰਘ ਨੂੰ ਦੱਸਿਆ ਕਿ ਬਾਬਾ ਨਾਨਕ ਸੁਣੀ ਪਟਿਆਲੇ ਪਹੁੰਚ ਗਏ ਆ ਜਦ ਇੰਨੀ ਗੱਲ ਹੋਈ ਤਾਂ ਫਿਰ ਭੁਪਿੰਦਰ ਸਿੰਘ ਜਿਹੜੇ ਸੀਗੇ ਇਹ ਬੜੇ ਪਰਸੰਨ ਹੋਏ ਉਹ ਕਹਿਣ ਲੱਗੇ ਕਿ ਹੁਣੇ ਜਿਹੜੀ ਮਹਿਲ ਦੀ ਤੁਸੀਂ ਸਜਾਵਟ ਕਰ ਦਿਓ ਤੇ ਬਾਬਾ ਨਾਨਕ ਸੁਹਣਾਂ ਨੂੰ ਬੜੇ ਪ੍ਰੇਮ ਸਹਿਤ ਸਾਡੇ ਇਸ ਮਹਿਲ ਦੇ ਵਿੱਚ ਉਹਨਾਂ ਦੇ ਚਰਨ ਪਵਾ ਜਦ ਇੰਨੀ ਗੱਲ ਹੋਈ ਤੇ ਫਿਰ ਐਲਕਰ ਬਾਬਰ ਨਾਨਸੂਹਣ ਦੇ ਪਾਸ ਗਏ ਸੀ ਬੇਨਤੀ ਕੀਤੀ ਕਿ ਮਹਾਰਾਜ ਜੀ ਨੇ ਆਪ ਨੂੰ ਆਪਣੇ ਮਹਿਲ ਦੇ ਵਿੱਚ ਬੜੇ ਆਦਬ ਤੇ ਸਤਿਕਾਰ ਸਹਿਤ ਬੁਲਾਇਆ ਜਦ ਇੰਨੀ ਗੱਲ ਹੋਈ ਤੇ ਬਾਬਰ ਨਾਨਸੂਹਣੀ ਕਹਿਣ ਲੱਗੇ ਕਿ ਹੰਦੇ ਦੇਖੋ ਅਸੀਂ ਕਿਸੇ ਰਾਜ ਦੇ ਮਹਿਲ 'ਚ ਨਹੀਂ ਜਾਣਾ ਹੈਗਾ ਹਾਂ ਅਗਰ ਇਹਨੇ ਸਾਨੂੰ ਮਿਲਣਾ ਹੈਗਾ ਸਾਡੇ ਨਾਲ ਕੋਈ ਗੱਲਬਾਤ ਕਰਨੀ ਆ ਤਾਂ ਅਸੀਂ ਇੱਥੇ ਬੈਠੇ ਆ ਉਹਨੂੰ ਕਹੇ ਵੀ ਇੱਥੇ ਆ ਜ ਜੋ ਗੱਲਬਾਤ ਕਰਨੀ ਇੱਥੇ ਆ ਕੇ ਕਰ ਲੈ ਜਦ ਇੰਨੀ ਗੱਲ ਹੋਈ ਤਾਂ ਫਿਰ ਉਹ ਅਹਿਲਕਾਰ ਜਿਹੜੇ ਸੀ ਚੁੱਪ ਕਰ ਗਏ ਉਹਨਾਂ ਨੇ ਫਿਰ ਮਹਾਰਾਜ ਭਵਿੰਦਰ ਨੂੰ ਕਿਹਾ ਕਿ ਬਬਰ ਨੰਸ ਉਹਨਾਂ ਨੇ ਆਪਦੇ ਮੈਲ ਦੇ ਵਿੱਚ ਨਹੀਂ ਹੋਣਾ ਕਿਉਂਕਿ ਸਾਧੂ ਜਿਹੜੇ ਆ ਉਹਨਾਂ ਦਾ ਆਪਣੀ ਮौज ਹੁੰਦੀ ਆ ਇਸ ਕਰਕੇ ਤੁਹਾਨੂੰ ਜਾਣਾ ਪੈਣਾ ਹੈਗਾ ਉਸ ਤੋਂ ਬਾਅਦ ਫਿਰ ਮਹਾਰਾਜ ਭਵਿੰਦਰ ਸਿੰਘ ਜਿਹੜੇ ਸੀਗੇ ਆਪ ਕਿਸੇ ਬੀਲ ਚੇਰੇ ਦੀ ਸਹਾਇਤਾ ਦੇ ਨਾਲ ਆਪਣੇ ਅਹਿਲਕਾਰਾਂ ਦੇ ਨਾਲ ਬਬਰ ਨੰਸ ਉਹਨਾਂ ਦੇ ਪਾਸ ਪਹੁੰਚੇ ਸੀ ਜਦ ਪਹੁੰਚੇ ਸੀ ਜੋ ਹੀ ਮਹਾਰਾਜ ਭពਿੰਦਰ ਸਿੰਘ ਉਹਨਾਂ ਨੇ ਬਾਬਾ ਨਾਨਕ ਦੇ ਚਰਨ ਫੜ ਕੇ ਮੱਥਾ ਟੇਕਿਆ ਤੇ ਰੋ ਰੋ ਕੇ ਪੈਰ ਧੋਦੇ ਤੇ ਕਹਿਣ ਲੱਗਾ ਕਿ ਵਾਹ ਪ੍ਰਖੋ ਮੇਰੇ ਜਿੰਨੇ ਵੀ ਰਾਜ ਦੇ ਵਿੱਚ ਗਨਾਹ ਹੋਇਆ ਸਾਰੇ ਬਖਸ਼ ਦੋ ਤੇ ਤਾਂ ਜੋ ਮੇਰਾ ਮਨ ਜਿਹੜਾ ਉਹ ਹਲਕਾ ਹੋ ਜਾਵੇ ਤੇ ਜਦ ਇੰਨੀ ਗੱਲ ਹੋਈ ਤਾਂ ਫਿਰ ਬਾਬਾ ਨਾਨਕ ਸਹ ਹੁਣੀ ਕਹਿਣ ਲੱਗੇ ਕਹਿੰਦੇ ਭពਿੰਦਰ ਸਿਆ ਅਸੀਂ ਤੇਰੇ ਗਨਾਹ ਕੀ ਬਖਸ਼ਨੇ ਆ ਤੇਰੇ ਗਨਾਹ ਬਖਸ਼ਾਉਣ ਵਾਲਾ ਤੇ ਤੇਰੇ ਪਿੱਛੇ ਖੜਾ ਹੈਗਾ ਜਦ ਇਹ ਨਹੀਂ ਗੱਲ ਹੋਈ ਤੇ ਜਦ ਪਿਛੇ ਨਜ਼ਰ ਮਾਰੀ ਤੇ ਪਿੱਛੇ ਦੇਖਿਆ ਪਿੱਛੇ ਕੋਈ ਨਹੀਂ ਕੋਈ ਵੀ ਆਦਮੀ ਨਜ਼ਰ ਨਹੀਂ ਆਇਆ ਤੇ ਜਦ ਕੋਈ ਆਦਮੀ ਕੋਈ ਨਜ਼ਰ ਨਹੀਂ ਆਇਆ ਫਿਰ ਆਜੇ ਭਪਿੰਦਰ ਸਿੰਘ ਨੇ ਤੇ ਬਾਕੀ ਯਾਰ ਕਰ ਕੇ ਕਹਿਣ ਲੱਗੇ ਕਿ ਮਾਹਪੁਰ ਕਾਸੀ ਸਮਝੇ ਨਹੀਂ ਤੇ ਫਿਰ ਬਾਬਾ ਨਾ ਸੁਣੀ ਕਹਿਣ ਲੱਗੇ ਕਿੰਦੇ ਦੇਖ ਅੱਜ ਜਦ ਉਹ ਕਹਿੰਦੇ ਕਈ ਸਾਲ ਪਹਿਲਾਂ ਤੇ ਬਾਬਾ ਅਤਰ ਸੁਹਣਾ ਦੀ ਬ੍ਰਿਟਿਸ਼ ਸਰਕਾਰ ਦੇ ਨਾਲ ਇੱਕ ਜਾਮ ਨਹੀਂ ਦਿੱਤੀ ਸੀ ਇਸ ਜਾਮਣੀ ਬਚਤ ਤਾਂ ਇਹ ਬ੍ਰਿਟਿਸ਼ ਸਰਕਾਰ ਨੂੰ ਗਿਆ ਸੀਗਾ ਕਿ ਸੰਤ ਅਤਰ ਸਿੰਘ ਇਸ ਤਰ੍ਹਾਂ ਦੀ ਕੋਈ ਫੌਜ ਤਿਆਰ ਨਹੀਂ ਕਰ ਰਿਹਾ ਜਿਹੜੀ ਗੋਰਿਆਂ ਦੇ ਖਿਲਾਫ ਜੰਗ ਕਰੇ ਇਹ ਜਿਹੜੀ ਸਾਰੀ ਗੱਲਬਾਤ ਸੀ ਤੋਂ ਬ੍ਰਿਟਿਸ਼ ਸਰਕਾਰ ਨੂੰ ਸਮਝਾਈ ਸੀ ਤੇ ਜਦੋਂ ਇਸ ਗੱਲਬਾਤ ਦਾ ਬਾਬਾ ਅਤਰ ਸਿੰਘ ਨੂੰ ਪਤਾ ਲੱਗਾ ਸੀ ਤੇ ਉਹਨਾਂ ਨੇ ਫਿਰ ਭਰੀ ਸੰਗਤ 'ਚ ਆਖਿਆ ਸੀਗਾ ਕਿ ਅਗਰ ਪਟਿਆੜੀਏ ਰਾਜੇ ਭਪਿੰਦਰ ਸਿੰਘ ਹੋਣਾਂ ਨੇ ਬ੍ਰਿਟਿਸ਼ ਸਰਕਾਰ ਦੇ ਨਾਲ ਮੇਰੀ ਵਿਚੋਲਗੀ ਅਦਾ ਕੀਤੀ ਆ ਮੇਰੀ ਜਾਮਣੀ ਦਿੱਤੀ ਆ ਅਸੀਂ ਇਹਦੀ ਜਾਮਣੀ ਫੇਰ ਦਰਗਾਹ 'ਚ ਦਵਾਂਗੇ ਇਹ ਜਿਹੜੇ ਬਚਨ ਸੀ ਬਾਬਾ ਅਤਰਸੂਹਣਾ ਨੇ ਪਰੀ ਸੰਗਤ 'ਚ ਕੀਤੇ ਸੀਗੇ ਤੇ ਹੁਣ ਕਹਿੰਦੇ ਦੇਖੋ ਬਾਬਾ ਅਤਰਸੂਹਣਾ ਨੂੰ ਸੱਚਖੰਡ ਗਿਆਂ ਇੱਥੇ ਪੰਜ ਭੂਤਕ ਸਰੀਰ ਤੇ ਆਗਦੇ ਆ ਕਹਿੰਦੇ 14 ਸਾਲ ਹੋ ਗਏ ਆ ਤੇ 14 ਸਾਲ ਤੋਂ ਪਹਿਲਾਂ ਦੀ ਦਿੱਤੀ ਹੋਈ ਜਾਮਣੀ ਕਹਿੰਦੇ ਵੀ ਅੱਜ ਅੰਤਮ ਸਮੇਂ ਤੇਰੇ ਸੰਤ ਅਤਰਸੂਹਣੀ ਆਪ ਹਾਜ਼ਰ ਹੋ ਗਏ ਆ ਜਦ ਇੰਨੀ ਗੱਲ ਹੋਈ ਤਾਂ ਬਸ ਫੇਰ ਕੀ ਸੀ ਫਿਰ ਤਾਂ ਸਾਰਿਆਂ ਨੂੰ ਖੁਸ਼ੀਆਂ ਚੜ ਗਈਆਂ ਤੇ ਜੈਸ ਖੁਸ਼ੀਆਂ ਚੜ ਗਈਆਂ ਉਸ ਤੋਂ ਬਾਅਦ ਫਿਰ ਉਹ ਬਾਬਾ ਅਤਰਸੂਣੀ ਜਿਹੜੇ ਸਗੇ ਉਹ ਤਾਂ ਪਿੱਛੇ ਅਦ੍ਰਿਸ਼ ਰੂਪ ਦੇ ਵਿੱਚ ਆਪਣੀ ਮੌਤ ਤੇ ਖੜੇ ਸਗੇ ਪਰ ਇਹ ਗੱਲ ਕੇਵਲ ਤੇ ਬਾਬਾ ਨੌਸੁਣੀ ਨਾਨਕ ਸਰ ਕਲੇਰਾੜ ਜਾਂ ਸੰਤ ਮਹਾਂਪੁਰਖ ਬਾਬਾ ਅਤਰਸੂਣੀ ਅੰਤਰਾਤਮੇ ਪਹਿਲਾਂ ਹੀ ਇੱਕ ਦੂਜੇ ਦੇ ਨਾਲ ਜਾਣਦੇ ਸਗੇ ਉਸ ਤੋਂ ਬਾਅਦ ਫਿਰ ਭពਿੰਦਰ ਸਿੰਘ ਜਿਹੜਾ ਸੀਗਾ ਇਹ ਫੇਰ ਖੁਸ਼ ਹੋ ਗਿਆ ਉਸ ਤੋਂ ਬਾਅਦ ਫੇਰ ਬਾਬਾ ਨਾਨਕ ਸੁਣੀ ਕਹਿਣ ਲੱਗੇ ਚੰਗਾ ਭਾਈ ਹੁਣ ਸਾਨੂੰ ਇਜਾਜ਼ਤ ਦੇ ਅਸੀਂ ਚੱਲਦੇ ਹਾਂ ਉਸ ਤੋਂ ਬਾਅਦ ਫੇਰ ਬਾਬਾ ਨਾਨਕ ਸੁਣੀ ਜਿਉਂ ਹੀ ਉਥੋਂ ਰੁਕਸੂ ਹੋਏ ਅਜੇ ਥੋੜੇ ਹੀ ਕਦਮ ਅਗੇ ਗਏ ਗਏ ਕਿ ਪਿੱਛੋਂ ਤੋਪਾਂ ਤੇ ਪਟਾਕਿਆਂ ਦੀ ਆਵਾਜ਼ ਆਉਣ ਲੱਗੀ ਜਦ ਆਵਾਜ਼ ਆਉਣ ਲੱਗੀ ਤਾਂ ਪਤਾ ਲੱਗ ਗਿਆ ਕਿ ਮਹਾਰਾਜਾ ਭពਿੰਦਰ ਸਿੰਘ ਆਪਣਾ ਪੰਜ ਪੂਤਕ ਦੇ ਤਿਆ ਕੇ ਉਹ ਸੰਤ ਬਾਬਾ ਅਤਰ ਸਿੰਘ ਹਣਾਂ ਦੇ ਨਾਲ ਉਹ ਗੁਰਪੁਰੀ ਨੂੰ ਚਲੇ ਗਏਗਾ ਸੋ ਦਾਸ ਇੰਨੇ ਹੀ ਬਚਨ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੋਇਆ ਖਿਮਾ ਦਾ ਜਾਚਕ ਹੋ ਆ ਜੀ ਹੋਈਆਂ ਬਿਆੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਸੋ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ